ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। CBI ਨੇ ਦੱਸਿਆ ਕਿ ਗੁਰੂਗ੍ਰਾਮ ਦੇ ਰਾਇਲ ਇੰਟਰਨੈਸ਼ਨਲ ਸਕੂਲ ਵਿੱਚ ਸੈਕਿੰਡ ਕਲਾਸ ਦੇ ਬੱਚੇ ਦਾ ਕਤਲ ਉਸੇ ਸਕੂਲ ਦੇ ਇੱਕ 16 ਸਾਲ ਦੇ ਬੱਚੇ ਨੇ ਕੀਤਾ ਸੀ ਜੋ ਆਗਾਮੀ ਐਗਜ਼ਾਮਸ ਨੂੰ ਟਾਲਣਾ ਚਾਹੁੰਦਾ ਸੀ। ਇਹ ਛਾਤਰ ਪੜ੍ਹਾਈ ਵਿੱਚ ਕਮਜ਼ੋਰ ਸੀ ਅਤੇ ਪ੍ਰਦੁਮਨ ਉਸਦਾ ਇੱਕ ਰੈਂਡਮ ਟਾਰਗੇਟ ਹੈ ਜਿਸ ਦੇ ਉਸਨੇ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਬੁੱਧਵਾਰ ਨੂੰ ਡੈਂਸ ਫੋਗ ਦੀ ਵਜ੍ਹਾ ਤੋਂ ਪੰਜਾਬ ਵਿੱਚ 9 ਯੁਵਾ ਲੋਕਾਂ ਦੀ ਮੌਤ ਹੋ ਗਈ ਜਦ ਇੱਕ ਫਲਾਈਓਵਰ ਉੱਤੇ ਇੱਕ ਲੋਅ ਵਿਜ਼ਿਬਿਲਿਟੀ ਦੀ ਵਜ੍ਹਾ ਤੋਂ ਇੱਕ ਸੀਮੈਂਟ ਮਿਕਸਰ ਟਰੱਕ ਉਹਨਾਂ ਦੇ ਉੱਤੋਂ ਨਿਕਲ ਗਿਆ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਅਤੇ ਹਰਿਆਣਾ ਨੂੰ ਭਾਰੀ ਫੋਗ ਨੇ ਘੇਰ ਰੱਖਿਆ ਹੈ ਜਿਸ ਤੋਂ ਕਿ ਵਿਜ਼ਿਬਿਲਿਟੀ 5-10 ਦੀ ਰਹਿੰਦੀ ਹੈ ਅਤੇ ਐਕਸੀਡੈਂਟ ਵੱਧ ਰਹੇ ਹਨ। CM ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਅਤੇ ਹਰਿਆਣਾ ਦੇ ਕਾਊਂਟਰ ਪਾਰਟਸ ਤੋਂ ਇੱਕ ਮੀਟਿੰਗ ਕਰਨ ਲਈ ਕਿਹਾ ਹੈ ਤਾਂ ਕਿ ਵੱਧਦੀ ਪੋਲਿਊਸ਼ਨ ਲੈਵਲ ਦਾ ਮਿਲਾ ਕੇ ਸਾਹਮਣਾ ਕੀਤਾ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਸਟਬਲ ਬਰਨਿੰਗ ਦਾ ਇੱਕ ਇਕਨੋਮਿਕਲੀ ਵਾਇਬਲ ਵਿਕਲਪ ਦੇਣ ਵਿੱਚ ਨਾਕਾਮ ਹੋ ਗਿਆ ਹੈ। ਪੰਜਾਬ ਪੁਲਿਸ ਨੇ ਇੱਕ ਟੈਰਰ ਮੋਡਿਊਲ ਨੂੰ ਫੜ ਲਿੱਤਾ ਹੈ। ਉਹਨਾਂ ਨੇ 4 ਲੋਕਾਂ ਨੂੰ ਫੜਿਆ ਹੈ ਜਿਸ ਵਿੱਚੋਂ ਇੱਕ ਨਾਭਾ ਜੇਲ੍ਹ ਦਾ ਗੈਂਗਸਟਰ ਹੈ ਤਾਂ ਕਿ ਉਹ 2016 ਦੇ ਜਨਵਰੀ ਤੋਂ ਰਾਜੇ ਦੇ ਬਾਰਡਰ ਵਿੱਚ ਹੋ ਰਹੇ ਟਾਰਗੇਟ ਕਿਲਿੰਗ ਦੇ ਮਾਮਲੇ ਸੁਲਝਾ ਸਕਣ। ਹਰਿਆਣਾ ਦੇ ਅਧਿਕਾਰੀਆਂ ਨੇ ਕਰੀਬ 1000 ਫਾਰਮਰਸ ਉੱਤੇ ਆਰੋਪ ਲਗਾਇਆ ਹੈ ਅਤੇ ਉਹਨਾਂ ਉੱਤੇ 12 ਲੱਖ ਦਾ ਫਾਈਨ ਲਗਾਇਆ ਹੈ। ਉਹਨਾਂ ਨੇ ਸਟਬਲ ਬਰਨਿੰਗ ਦੇ ਖਿਲਾਫ਼ ਕਠੋਰ ਸਟੈਂਸ ਲਿੱਤਾ ਹੈ ਜਿਸ ਤੋਂ ਕਿ ਹੈਲਥ ਅਤੇ ਇਨਵਾਇਰਮੈਂਟਲ ਕੰਸਰਨਸ ਵੱਧ ਗਏ ਹਨ। ਹਰਿਆਣਾ ਗਵਰਨਮੈਂਟ ਰਾਜ ਦੇ ਹਰ ਡਿਸਟ੍ਰਿਕਟ ਵਿੱਚ ਇੱਕ ਮੈਡੀਕਲ ਕਾਲਜ ਬਣਾਏਗਾ। ਉਹ ਹਰ ਸਾਲ 2000 ਡਾਕਟਰਸ ਬਣਾਉਣਾ ਚਾਹੁੰਦੇ ਹਨ ਤਾਂ ਕਿ ਹੈਲਥ ਸਪੈਸ਼ਲਿਸਟ ਦੇ ਸ਼ਾਰਟੇਜ ਨੂੰ ਘੱਟ ਕੀਤਾ ਜਾ ਸਕੇ। ਹਰਿਆਣਾ ਵਿੱਚ ਕੁੱਲ ਮਿਲਾ ਕੇ 22 ਡਿਸਟ੍ਰਿਕਟਸ ਹਨ। NGT ਨੇ ਕੇਂਦਰ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਸਰਕਾਰਾਂ ਨੂੰ ਅਭਿਯੋਗ ਕੀਤਾ ਹੈ ਇਹ ਸ਼ਹਿਰਾਂ ਵਿੱਚ ਪੋਲਿਊਸ਼ਨ ਵਧਣ ਦੀ ਵਜ੍ਹਾ ਤੋਂ ਹੋਇਆ ਹੈ ਅਤੇ ਉਹਨਾਂ ਨੇ ਇਹ ਸਵਾਲ ਵੀ ਕੀਤਾ ਹੈ ਕਿ ਡਸਟ ਪੋਲਿਊਸ਼ਨ ਨੂੰ ਵਸ਼ ਵਿੱਚ ਕਰਨ ਦੇ ਲਈ ਚੌਪਰਸ ਤੋਂ ਵਾਟਰ ਨੂੰ ਸਪ੍ਰਿੰਕਲ ਨਹੀਂ ਕੀਤਾ ਗਿਆ। ਇਸ ਸੀਜ਼ਨ ਵਿੱਚ ਹੁਣ ਤੱਕ ਐਗਰੇਰੀਅਨ ਸਟੇਟਸ ਪੰਜਾਬ ਅਤੇ ਹਰਿਆਣਾ ਨੇ ਕਰੀਬ 220 ਲੱਖ ਟਨ ਤੋਂ ਜ਼ਿਆਦਾ ਪੈਡੀ ਪ੍ਰੋਡਿਊਸ ਕੀਤਾ ਹੈ। ਪੰਜਾਬ ਨੇ ਕਰੀਬ 158 ਲੱਖ ਟਨ ਪੈਡੀ ਕੱਟਿਆ ਹੈ ਅਤੇ ਹਰਿਆਣਾ ਨੇ ਕਰੀਬ 63 ਲੱਖ ਪੈਡੀ ਕੱਟਿਆ ਹੈ। SGPC ਨੇ ਉਹਨਾਂ ਦੇ ਸੈਕਟਰੀ ਰੂਪ ਸਿੰਘ ਦਾ ਪਦ ਵਧਾ ਕੇ ਚੀਫ ਸੈਕਟਰੀ ਕਰ ਦਿੱਤਾ ਹੈ। ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਪਦ ਪਾਉਣ ਵਾਲੇ 3 ਇਨਸਾਨ ਹਨ। ਜਾਣੇ ਮਾਣੇ ਸਿੱਖ ਸਕਾਲਰ ਅਤੇ ਰਾਈਟਰ ਡਾਕਟਰ ਸਿੰਘ SGPC ਵਿੱਚ 1999 ਵਿੱਚ ਸ਼ਾਮਿਲ ਹੋਏ ਸਨ। ਹਰਿਆਣਾ ਦੇ ਯਸ਼ੀ ਸ਼ਰਮਾ ਅਤੇ ਪੰਜਾਬ ਦੇ ਪ੍ਰਭ ਨੂੰ ਅਰੁਣਾਚਲ ਪ੍ਰਦੇਸ਼ ਦੇ ਕਿਸ਼ਨ ਲੰਗੂ ਅਤੇ ਮਹਾਰਾਸ਼ਟਰ ਦੇ ਵੈਸ਼ਾਲੀ ਦੇ ਸਾਹਮਣੇ ਵਿਜੇ ਰਹੇ ਹਨ। ਹੁਣ ਉਹ ਸਾਈ ਨੈਸ਼ਨਲ ਬਾਕਸਿੰਗ ਅਕੈਡਮੀ ਦੇ ਇਨੋਗਰਲ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੇ ਅਗਲੇ ਰਾਊਂਡ ਵਿੱਚ ਚੱਲ ਰਹੇ ਹਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।